हेलो गाइस, वेलकम टू लॉकडाउन टेक स्टडी यूट्यूब चैनल। सो आज हैगा अपना कंप्यूटर नेटवर्क दा पार्ट नंबर 5। आज इस वीडियो दे विच आपां इन्हां दे सारे जिन्ने भी कंप्यूटर नेटवर्क दे विच मॉडल्स यूज हुंदे आ जां फिर कंप्यूटिंग मेथड यूज हुंदा आ उस दे बारे अज आपां जानदे आ। सो सब तो पहला आपां देख लैंदे कि केड़े-केड़े अपने कोल मॉडल्स हुंदे ने। सब तो पहला हैगा सेंट्रलाइज्ड। सेंट्रलाइज्ड दा दूसरा नाम भी इहनूं कह दिंदे आ क्लाइंट सर्वर मॉडल, मतलब कि सेंट्रलाइज्ड कंप्यूटिंग जां फिर क्लाइंट सर्वर मॉडल इहदा नाम भी हैगा आ। सो फर्स्ट हैगा आ अपना इह, सेकंड मॉडल हैगा आ अपना डिस्ट्रीब्यूटेड। डिस्ट्रीब्यूटेड दे विच आपां इहनूं ज्यादा पीयर टू पीयर भी कह दिंदे आ जां फिर पी टू पी मॉडल भी कह दिंदे आ। सो इह हुंदा आ अपना सेकंड मॉडल। थर्ड मॉडल हो गया अपना कोलैबोरेटिव मॉडल। सो इहदे विच ज्यादा इन कोलैबोरेटिव कह दिंदे, हाइब्रिड भी कह दिंदे आ। सो इहनूं जिहड़ा आपां कोलैबोरेटिव हाइब्रिड कंप्यूटिंग जिहड़ा मॉडल कह दिंदे आ। सो इहदे दो नाम हो गए। सो इहनां नूं हुण आपां वन बाय वन डिस्कस कर लैंदे आ कि इहनां दा कम हुंदा ते किस तरह इह यूज हुंदे ने। सो देखो, सेंट्रलाइज्ड कंप्यूटर की हुंदा आ जां फिर क्लाइंट सर्वर मॉडल की हुंदा आ। सो इहदे विच आपां जे देखिए, सब तों पहला आपणे कोल इत्थे हुंदा इक मेन फ्रेम। मेन फ्रेम कंप्यूटर हुंदा आ जे आ वाला, जिहदा अपना मेन फ्रेम कंप्यूटर आ, मतलब कि मेन कंप्यूटर आ। इस नूं आपां सर्वर भी कहिंदे आ। सो इसे करके इहदा नाम जिहड़ा आ क्लाइंट सर्वर आ। ਇਹ ਜਿਹੜਾ ਮੇਨ ਕੰਪਿਊਟਰ ਹੁੰਦਾ ਆਪਣਾ, ਇਹਨੂੰ ਆਪਾਂ ਸਰਵਰ ਕਹਿੰਦੇ ਆ। ਤੇ ਬਾਕੀ ਜਿਹੜੀਆਂ ਨੋਡ 1, ਨੋਡ 2, ਨੋਡ 3, ਮਤਲਬ ਬਾਕੀ ਜਿਹੜੇ ਆਪਣੇ ਕੰਪਿਊਟਰਸ ਨੇ, ਉਹਨਾਂ ਨੂੰ ਆਪਾਂ ਕਲਾਇੰਟ ਕੰਪਿਊਟਰ ਵੀ ਕਹਿ ਦਿੰਦੇ ਆ। ਸੋ ਇਸ ਕਰਕੇ ਹੀ ਇਹਦਾ ਨਾਮ ਜਿਹੜਾ ਦੂਸਰਾ ਨਾਮ ਵੀ ਕਲਾਇੰਟ ਸਰਵਰ ਹੈਗਾ ਆ। ਸੋ ਸਰਵਰ ਐਂਡ ਕਲਾਇੰਟ ਦਾ ਪਤਾ ਲੱਗ ਗਿਆ ਕਿ ਹਾਂ ਕਲਾਇੰਟ 1, ਕਲਾਇੰਟ 2, ਇਸੇ ਤਰ੍ਹਾਂ ਕਲਾਇੰਟ 3, ਇਸੇ ਤਰ੍ਹਾਂ, ਮਤਲਬ ਕਿ ਇਹਨਾਂ ਨੂੰ ਨੋਡ ਵੀ ਕਹਿ ਦਿੰਦੇ ਆ ਔਰ ਤੇ ਨਾਲ ਹੀ ਆਪਾਂ ਜਿਹੜਾ ਇਹਨੂੰ ਕਲਾਇੰਟ ਸਰਵਰ ਮਾਡਲ ਵੀ ਕਹਿੰਦੇ ਆ। ਸੋ ਇਸੇ ਕਰਕੇ ਦੇਖੋ, ਇਹਦੇ ਵਿੱਚ ਕੀ ਹੁੰਦਾ ਆ, ਜਿੰਨੇ ਵੀ ਕੰਪਿਊਟਰਸ ਹੁੰਦੇ ਆ ਉਹ ਸਾਰੇ ਇੱਕ ਮੇਨ ਫਰੇਮ ਕੰਪਿਊਟਰ ਦੇ ਨਾਲ ਕਨੈਕਟਡ ਹੁੰਦੇ ਆ, ਨਾ ਕਿ ਜਿਹੜਾ ਹੈ ਇਹਨਾਂ ਸਾਰਿਆਂ ਦਾ ਅਲੱਗ ਅਲੱਗ ਜਿਹੜਾ ਆ ਸਿਸਟਮ ਨਹੀਂ ਹੁੰਦਾ। ਅਗਰ ਕੋਈ ਇਹ ਸਿਸਟਮ ਰਿਕੁਐਸਟ ਕਰਦਾ, ਇਸ ਨੂੰ ਕਿਸੇ ਵੀ ਚੀਜ਼ ਦੀ ਨੀਡ ਆ, ਕੋਈ ਵੀ ਚੀਜ਼ ਚਾਹੀਦੀ ਆ, ਦੈਨ ਇਹ ਰਿਕੁਐਸਟ ਕਰੂੰਗਾ ਸਰਵਰ ਨੂੰ, ਤੇ ਸਰਵਰ ਰਿਕੁਐਸਟ ਜਿਹੜੀ ਹੈ ਇਹਦੀ ਅਕੋਰਡਿੰਗ ਜਿਹੜਾ ਇਹਨੂੰ ਡੇਟਾ ਪ੍ਰੋਵਾਈਡ ਕਰੇਗਾ। ਮਤਲਬ ਕਿ ਜਿਹੜਾ ਮੇਨ ਫਰੇਮ ਕੰਪਿਊਟਰ ਹੁੰਦਾ, ਇਹਦੇ ਵਿੱਚ ਹਿਊਜ ਕਪੈਸਿਟੀ ਹੁੰਦੀ ਆ ਡੇਟਾ ਨੂੰ ਸਟੋਰ ਕਰਕੇ ਰੱਖਣ ਦੀ। ਮਤਲਬ ਜਿੰਨਾ ਵੀ ਸਾਰਾ ਪ੍ਰੋਸੈਸਿੰਗ ਦਾ ਕੰਮ ਆ, ਉਹ ਸਾਰਾ ਮੇਨ ਫਰੇਮ ਕੰਪਿਊਟਰ ਦੇ ਵਿੱਚ ਹੁੰਦਾ ਆ, ਕਿਉਂਕਿ ਇਹੀ ਜਿਹੜਾ ਕੰਪਿਊਟਰ ਆ, ਇਹ ਜ਼ਿਆਦਾਤਰ ਜਿਹੜਾ ਆ ਆਪਣੇ ਸਾਰੇ ਕਲਾਇੰਟਸ ਨੂੰ ਜੋ ਵੀ ਉਹਨੂੰ ਚਾਹੀਦਾ ਉਸਨੂੰ ਪ੍ਰੋਵਾਈਡ ਕਰਦਾ ਆ। ਸੋ ਇਹ ਹੋ ਗਿਆ ਆਪਣਾ ਸਰਵਰ ਜਾਂ ਫਿਰ ਮੇਨ ਫਰੇਮ ਕੰਪਿਊਟਰ। ਇਸਦੇ ਵਿੱਚ ਸਾਰਾ ਡੇਟਾ, ਇੱਥੋਂ ਕੋਈ ਵੀ ਰਿਕੁਐਸਟ ਜਾਊਂਗੀ ਉਹ ਸਰਵਰ ਦੇ ਕੋਲ ਜਾਊਂਗੀ, ਸਰਵਰ ਉਸਨੂੰ ਜਿਹੜਾ ਆ ਉਹ ਪ੍ਰੋਵਾਈਡ ਕਰੇਗਾ। ਇਹ ਜਿੰਨੇ ਵੀ ਕੰਪਿਊਟਰ ਹੁੰਦੇ ਇਹ ਇੱਕ ਦੂਸਰੇ ਦੇ ਨਾਲ ਕਨੈਕਟਡ ਨਹੀਂ ਹੁੰਦੇ ਆ, ਇਹ ਸਾਰੇ ਕਨੈਕਟਡ ਹੁੰਦੇ ਆ ਮੇਨ ਫਰੇਮ ਕੰਪਿਊਟਰ ਦੇ ਨਾਲ। ਸੋ ਇਹਦੀ ਆਪਾਂ ਇੱਕ ਐਗਜ਼ਾਮਪਲ ਵੀ ਦੇਖ ਲੈਂਦੇ ਹਾਂ। ਦੇਖੋ ਆਪਣਾ ਇੰਟਰਨੈਟ ਆ, ਇਸ ਤਰ੍ਹਾਂ ਇਹ ਇੰਟਰਨੈਟ ਆ, ਇਹ ਆਪਣਾ ਸਰਵਰ ਹੋ ਗਿਆ, ਠੀਕ ਹੈ, ਆਪਣਾ ਮੇਨ ਫਰੇਮ ਕੰਪਿਊਟਰ ਮਤਲਬ ਸਰਵਰ ਆ ਹੋ ਗਿਆ, ਠੀਕ ਹੈ। ਇਸੇ ਤਰ੍ਹਾਂ ਆਪਾਂ ਮੋਬਾਈਲ ਦੇ ਉੱਤੇ ਵੀ ਚਲਾਉਂਦੇ ਹਾਂ, ਠੀਕ ਹੈ, ਡਿਸਕਟੋਪ ਉੱਤੇ ਵੀ ਚਲਾਉਂਦੇ, ਲੈਪਟਾਪ, ਮਤਲਬ ਕਿ ਆਹ ਜਿੰਨੇ ਆਪਣੇ ਕੋਲ ਕਲਾਇੰਟਸ ਹੋ ਗਏ, ਇਹ ਸਾਰੇ ਆਪਾਂ ਸਪੋਜ਼ ਕਰੋ ਕਿ ਆਪਣੇ ਕੋਲ ਡਿਫਰੈਂਟ ਡਿਫਰੈਂਟ ਜਿਹੜੀਆਂ ਆ ਕੈਟੇਗਰੀਜ਼ ਆ, ਸਪੋਜ਼ ਮੋਬਾਈਲ ਦੇ ਉੱਤੇ, ਡਿਸਕਟੋਪ ਦੇ ਉੱਤੇ, ਲੈਪਟਾਪ ਦੇ ਉੱਤੇ। ਸਪੋਜ਼ ਹੁਣ ਤੁਸੀਂ ਕੋਈ ਵੀ ਯੂਟਿਊਬ ਤੋਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਆਪਾਂ, ਯੂਟਿਊਬ ਦੇ ਉੱਤੇ ਅਗਰ ਤੁਸੀਂ ਕੁਛ ਵੀ ਸਰਚ ਕਰਦੇ ਆ ਤਾਂ ਯੂਟਿਊਬ ਕੀ ਆ, ਇੱਕ ਸਰਵਰ ਆ, ਠੀਕ ਹੈ, ਯੂਟਿਊਬ ਕੀ ਹੈ, ਇੱਕ ਸਰਵਰ। ਬਟ ਉਹਨਾਂ ਨੂੰ ਕੀ ਹੈ, ਪਹਿਲਾਂ ਸਭ ਤੋਂ ਪਹਿਲਾਂ ਇੰਟਰਨੈਟ ਯੂਜ਼ ਹੋਣਾ ਚਾਹੀਦਾ ਹੈ, ਇੰਟਰਨੈਟ ਦੇ ਉੱਤੇ ਕਨੈਕਟ ਹੋਣਾ ਚਾਹੀਦਾ। ਜਦੋਂ ਆਪਾਂ ਇੰਟਰਨੈਟ ਦੇ ਉੱਤੇ ਕਨੈਕਟ ਹੈਗਾ, ਆਪਣਾ ਮੋਬਾਈਲ ਜਿਹੜਾ ਇੰਟਰਨੈਟ ਦੇ ਨਾਲ ਕਨੈਕਟ, ਡਿਸਕਟੋਪ ਕਨੈਕਟ, ਲੈਪਟਾਪ ਕਨੈਕਟ ਆ, ਤਾਂ ਫਿਰ ਆਪਾਂ ਜਿਹੜਾ ਯੂਟਿਊਬ ਦੇ ਉੱਤੇ ਕੁਛ ਵੀ ਸਰਚ ਕਰਾਂਗੇ ਤਾਂ ਉਹ ਆਪਾਂ ਨੂੰ ਮਿਲ ਜਾਂਦਾ। ਮਤਲਬ ਕਲਾਇੰਟ ਨੇ ਰਿਕੁਐਸਟ ਕੀਤੀ ਸਰਵਰ ਨੂੰ, ਤੇ ਸਰਵਰ ਨੇ ਜਿਹੜੀ ਪ੍ਰੋਵਾਈਡ ਕਰ ਦਿੱਤੀ ਇਨਫੋਰਮੇਸ਼ਨ ਇੰਟਰਨੈਟ ਦੇ ਥਰੂ ਆਪਾਂ ਨੂੰ ਆਪਣੇ ਮੋਬਾਈਲ ਦੇ ਉੱਤੇ, ਡਿਸਕਟੋਪ ਦੇ ਉੱਤੇ, ਲੈਪਟਾਪ ਦੇ ਉੱਤੇ। ਸੋ ਇਸ ਤਰ੍ਹਾਂ ਜਿਹੜੀ ਆਪਣੇ ਨੂੰ ਇਨਫੋਰਮੇਸ਼ਨ ਜਿਹੜੀ ਆਪਾਂ ਨੂੰ ਆਪਣੀ ਜਿਹੜੀ ਵੀ ਤੁਹਾਡਾ ਪਰਸਨਲ ਪੀਸੀ ਹੋਵੇਗਾ ਉਸਦੇ ਉੱਤੇ ਮਿਲ ਜਾਵੇਗੀ। ਸੋ ਇਹ ਜਿਹੜਾ ਹੈ ਕਿ ਮਾਡਰਨ ਕੰਪਿਊਟਰ ਦੇ ਜਿਹੜਾ ਮਾਡਰਨ ਜਿਹੜੀ ਹੁਣ ਟੈਕਨੋਲੋਜੀ ਹੈ ਉਸਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਇਹ ਮੈਥਡ ਕਲਾਇੰਟ ਸਰਵਰ ਮੈਥਡ ਹੀ ਜਿਹੜਾ ਮਾਡਲ ਆ ਯੂਜ਼ ਕੀਤਾ ਜਾਂਦਾ ਆ ਕੋਈ ਵੀ ਡੇਟਾ ਨੂੰ ਐਕਸੈਸ ਕਰਨ ਦੇ ਲਈ। ਸੋ ਨੈਕਸਟ ਆਪਾਂ ਸੈਕਿੰਡ ਜਿਹੜਾ ਦੇਖ ਲੈਂਦੇ ਹਾਂ ਮਾਡਲ। ਸੋ ਸੈਕਿੰਡ ਹੈਗਾ ਆਪਣੇ ਕੋਲ ਡਿਸਟ੍ਰੀਬਿਊਟਿਡ ਕੰਪਿਊਟਿੰਗ ਜਾਂ ਫਿਰ ਪੀਅਰ ਟੂ ਪੀਅਰ ਮਾਡਲ ਜਾਂ ਪੀ ਟੂ ਪੀ ਮਾਡਲ। ਸੋ ਇਹਦੇ ਬਾਰੇ ਆਪਾਂ ਦੇਖ ਲੈਂਦੇ, ਜਿੱਦਾਂ ਕਿ ਲਾਸਟ ਆਪਣਾ ਸੀਗਾ ਕਿ ਉਹ ਸਾਰੇ ਕੰਪਿਊਟਰ ਜਿਹੜੇ ਸੀ ਉਹ ਇੱਕ ਹੀ ਮੇਨ ਫਰੇਮ ਕੰਪਿਊਟਰ ਦੇ ਨਾਲ ਕਨੈਕਟ ਹੁੰਦੇ ਸੀ, ਆਪਸ ਵਿੱਚ ਕਨੈਕਟ ਨਹੀਂ ਹੁੰਦੇ ਸੀਗੇ। ਸੋ ਇਹ ਮਾਡਲ ਦੇ ਵਿੱਚ ਕੀ ਹੁੰਦਾ ਆ, ਇਹ ਸਾਰੇ ਪੀਸੀ ਜਿੰਨੇ ਵੀ ਹੁੰਦੇ ਸਾਰੇ ਇੱਕ ਦੂਸਰੇ ਦੇ ਨਾਲ ਕਨੈਕਟਡ ਹੁੰਦੇ ਆ। ਜਿੱਦਾਂ ਕਿ ਹੁਣ ਆ ਨੋਡ 1 ਪੀਸੀ ਆ, ਇਹ ਜਿਹੜਾ ਆ ਨੋਡ 4 ਦੇ ਨਾਲ ਵੀ ਕਨੈਕਟ ਆ, ਨੋਡ 2 ਨਾਲ ਵੀ ਕਨੈਕਟ ਆ, ਨੋਡ 3 ਦੇ ਨਾਲ ਵੀ ਕਨੈਕਟ ਆ। ਦੇਖੋ ਇਹ ਸਾਰੇ ਮਾਡਲਸ
ਇੱਕ ਦੂਸਰੇ ਦੇ ਨਾਲ ਕਨੈਕਟਡ ਹੁੰਦੇ ਮਤਲਬ ਕਿ ਇੰਟਰਕਨੈਕਟ ਹੁੰਦੇ ਆ ਦੈਟ ਇਜ਼ ਕਾਲਡ ਦ ਡਿਸਟ੍ਰੀਬਿਊਟਿਡ ਕੰਪਿਊਟਿੰਗ ਔਰ ਪੀਅਰ ਟੂ ਪੀਅਰ ਮਾਡਲ ਜਾਂ ਫਿਰ ਪੀ ਟੂ ਪੀ ਮਾਡਲ ਸੋ ਇਹਦੇ ਵਿੱਚ ਕੀ ਆ ਇਹਦੇ ਵਿੱਚ ਇਹ ਜਿੰਨੇ ਵੀ ਪੀ ਸੀ ਏ ਸਾਰੇ ਕੀ ਆ ਇੰਡੀਪੈਂਡੈਂਟ ਹੁੰਦੇ ਆ ਇੱਕ ਦੂਸਰੇ ਤੋਂ ਇੰਡੀਪੈਂਡੈਂਟ ਹੁੰਦੇ ਆ ਇਹਦੇ ਵਿੱਚ ਕੋਈ ਵੀ ਜਿਹੜਾ ਹੈ ਕਿਸੇ ਦੇ ਉੱਤੇ ਡਿਪੈਂਡੈਂਟ ਨਹੀਂ ਕਰਦਾ ਅਤੇ ਇਹਦੇ ਵਿੱਚ ਆਪਾਂ ਕੀ ਆ ਇੱਕ ਲੈਬ ਮੈਥਡ ਮਤਲਬ ਕਿ ਲੋਕਲ ਏਰੀਆ ਮੈਥਡ ਯੂਜ਼ ਕਰਦੇ ਆ ਡੇਟਾ ਨੂੰ ਜਿਹੜਾ ਆ ਆਪਾਂ ਟ੍ਰਾਂਸਫਰ ਕਰਨਾ ਹੁੰਦਾ ਡੇਟਾ ਨੂੰ ਟ੍ਰਾਂਸਫਰ ਕਰਨ ਦੇ ਲਈ ਇਹਦੇ ਵਿੱਚ ਕੀ ਆ ਜਿਹੜਾ ਡੇਟਾ ਆ ਉਹ ਡਿਵਾਈਡ ਕਰ ਦਿੱਤਾ ਜਾਂਦਾ ਮਤਲਬ ਕਿ ਜਿਹੜੇ ਆਪਣੇ ਕੰਪਿਊਟਰਸ ਆ ਉਹਨਾਂ ਨੂੰ ਸਾਰਿਆਂ ਨੂੰ ਮਲਟੀਪਲ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੱਤਾ ਜਾਂਦਾ ਆ ਜ਼ਿਆਦਾਤਰ ਇਹ ਜਿਹੜਾ ਆਪਾਂ ਆਫਿਸ ਵਗੈਰਾ ਦੇ ਵਿੱਚ ਯੂਜ਼ ਕਰਦੇ ਹਾਂ ਸੋ ਇਹਦੀ ਇੱਕ ਐਗਜ਼ਾਮਪਲ ਦੇਖ ਦਿੰਦੇ ਹਾਂ ਦੇਖੋ ਇੱਥੇ ਆਪਣੇ ਕੋਲ ਇੱਕ ਮੋਡਮ ਔਰ ਸਵਿੱਚ ਲੱਗੀ ਹੋਈ ਆ ਇਸ ਮੋਡਮ ਔਰ ਸਵਿੱਚ ਦੇ ਨਾਲ ਜਿਹੜਾ ਆ ਇਹ ਸਾਰੇ ਕੰਪਿਊਟਰਸ ਇੱਕ ਦੂਸਰੇ ਦੇ ਨਾਲ ਕਨੈਕਟ ਹੁੰਦੇ ਆ ਕਿਉਂਕਿ ਇਹ ਸਾਰੇ ਕੰਪਿਊਟਰਸ ਨੂੰ ਜੋੜ ਕੇ ਰੱਖਦੀ ਆ ਮੋਡਮ ਠੀਕ ਹੈ ਜਾਂ ਫਿਰ ਸਵਿੱਚ ਕਹਿ ਸਕਦੇ ਹੋ ਇਹਨੂੰ ਜਿਹੜਾ ਆ ਜੋੜ ਕੇ ਰੱਖਣ ਦਾ ਕੰਮ ਕਰਦੀ ਆ ਮੋਡਮ ਜਦੋਂ ਇਹ ਇੱਕ ਦੂਸਰੇ ਇਹਦੇ ਨਾਲ ਸਾਰੇ ਪੀਸੀ ਜਿੰਨੇ ਤੱਕ ਕਨੈਕਟਡ ਹੈਗੇ ਇਟ ਮੀਨਸ ਇਹ ਸਾਰੇ ਪੀਸੀ ਇੱਕ ਦੂਸਰੇ ਦੇ ਨਾਲ ਵੀ ਕਨੈਕਟਡ ਹੈਗੇ ਆ ਇਹ ਉਨੇ ਤੱਕ ਕਨੈਕਟਡ ਹੈਗੇ ਜਿੰਨੇ ਤੱਕ ਇਹ ਇੱਕ ਮੋਡਮ ਦੇ ਨਾਲ ਕਨੈਕਟਡ ਹੈਗੇ ਆ ਸੋ ਇਹ ਜ਼ਿਆਦਾਤਰ ਆਪਾਂ ਆਫਿਸ ਵਗੈਰਾ ਵਿੱਚ ਸਕੂਲ ਵਿੱਚ ਯੂਜ਼ ਕੀਤਾ ਜਾਂਦਾ ਹੈ ਜਿਹਦੀ ਐਗਜ਼ਾਮਪਲ ਦਵਾਂ ਜਿਸ ਤਰ੍ਹਾਂ ਆਪਣੇ ਸਕੂਲ ਦੇ ਵਿੱਚ ਕੀ ਹੁੰਦਾ ਆ ਜਾਂ ਫਿਰ ਕਾਲਜ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਜਿਸ ਤਰ੍ਹਾਂ ਆਪਣੀ ਕੋਈ ਇੱਕ ਲਾਇਬ੍ਰੇਰੀ ਡਿਪਾਰਟਮੈਂਟ ਹੁੰਦਾ ਫੀਸ ਡਿਪਾਰਟਮੈਂਟ ਹੁੰਦਾ ਬੁੱਕ ਡਿਪਾਰਟਮੈਂਟ ਹੁੰਦਾ ਆ ਹੁਣ ਦੇਖੋ ਬੁੱਕ ਡਿਪਾਰਟਮੈਂਟ ਦੇ ਵਿੱਚ ਲਾਇਬ੍ਰੇਰੀ ਦੇ ਵਿੱਚ ਜਿਹੜਾ ਆ ਤੁਹਾਡਾ ਸਾਰਾ ਰਿਕਾਰਡ ਹੁੰਦਾ ਆ ਤੁਸੀਂ ਉੱਥੇ ਜਾ ਕੇ ਆਪਣਾ ਜਸਟ ਰੋਲ ਨੰਬਰ ਦੱਸਣਾ ਹੁੰਦਾ ਆ ਅਤੇ ਤੁਹਾਡੀ ਸਾਰੀ ਡਿਟੇਲ ਨਿਕਲ ਕੇ ਆ ਜਾਂਦੀ ਉਹ ਕਿਸ ਤਰ੍ਹਾਂ ਨਿਕਲ ਕੇ ਆ ਜਾਂਦੀ ਕਿਉਂਕਿ ਉਹ ਸਾਰੇ ਪੀਸੀ ਜਿਹੜੇ ਆ ਉਹ ਸਾਰੇ ਕਨੈਕਟਡ ਆ ਫੀਸ ਡਿਪਾਰਟਮੈਂਟ ਦੇ ਕੋਲ ਤੁਹਾਡੀ ਇਨਫੋਰਮੇਸ਼ਨ ਹੈਗੀ ਇਟ ਮੀਨਸ ਲਾਇਬ੍ਰੇਰੀ ਡਿਪਾਰਟਮੈਂਟ ਕੋਲ ਵੀ ਹੋਵੇਗੀ ਅਗਰ ਲਾਇਬ੍ਰੇਰੀ ਡਿਪਾਰਟਮੈਂਟ ਕੋਲ ਹੈਗੀ ਹੈ ਤਾਂ ਉਹ ਫੀਸ ਡਿਪਾਰਟਮੈਂਟ ਕੋਲ ਵੀ ਹੋਵੇਗੀ ਫੀਸ ਡਿਪਾਰਟਮੈਂਟ ਦੇ ਕੋਲ ਹੋਵੇਗੀ ਤਾਂ ਉਹ ਬੁੱਕ ਡਿਪਾਰਟਮੈਂਟ ਦੇ ਕੋਲ ਵੀ ਹੋਵੇਗੀ ਸੋ ਇਹ ਜਿਹੜੇ ਸਾਰੇ ਇੱਕ ਦੂਸਰੇ ਦੇ ਨਾਲ ਇੰਟਰਕਨੈਕਟਡ ਹੁੰਦੇ ਆ ਇਹ ਕੀ ਆ ਮਤਲਬ ਲੋਕਲ ਏਰੀਆ ਮਤਲਬ ਕਿ ਲੋਕਲ ਏਰੀਏ ਦੇ ਉੱਤੇ ਜਿਹੜਾ ਯੂਜ਼ ਕੀਤਾ ਜਾਂਦਾ ਆ ਦੈਟ ਇਜ਼ ਕਾਲਡ ਲੈਨ ਸੋ ਇਹ ਹੁੰਦਾ ਆਪਣਾ ਡਿਸਟ੍ਰੀਬਿਊਟਡ ਕੰਪਿਊਟਿੰਗ ਔਰ ਪੀਅਰ ਟੂ ਪੀਅਰ ਕੰਪਿਊਟਿੰਗ ਮਾਡਲ ਸੋ ਨੈਕਸਟ ਆਪਾਂ ਦੇਖਦੇ ਹਾਂ ਥਰਡ ਮਾਡਲ ਸੋ ਥਰਡ ਹੈਗਾ ਆਪਣੇ ਕੋਲ ਕੋਲੋਬਰੇਟਿਵ ਮਾਡਲ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਹਾਈਬ੍ਰਿਡ ਕੰਪਿਊਟਿੰਗ ਮਾਡਲ ਸੋ ਇਹਦੇ ਵਿੱਚ ਕੀ ਹੁੰਦਾ ਆ ਇਹ ਦੋਨਾਂ ਮਾਡਲਸ ਜਿਹੜੇ ਆਪਾਂ ਦੋ ਪਹਿਲਾਂ ਮੈਥਡ ਪੜ੍ਹੇ ਆ ਦੋਨੇ ਮਾਡਲਸ ਦਾ ਕੰਬੀਨੇਸ਼ਨ ਹੁੰਦਾ ਮਤਲਬ ਕਿ ਕਲਾਇੰਟ ਸਰਵਰ ਮਾਡਲ ਅਤੇ ਪੀਅਰ ਟੂ ਪੀਅਰ ਮਾਡਲ ਦਾ ਦੋਨਾਂ ਨੂੰ ਜਦੋਂ ਪਲੱਸ ਕੀਤਾ ਮਤਲਬ ਕਿ ਦੋਨਾਂ ਦਾ ਜੋੜ ਕੇ ਜਿਹੜਾ ਮਾਡਲ ਬਣਦਾ ਦੈਟ ਇਜ਼ ਕਾਲਡ ਦਾ ਹਾਈਬ੍ਰਿਡ ਕੰਪਿਊਟਿੰਗ ਔਰ ਕੋਲੋਬਰੇਟਿਵ ਕੰਪਿਊਟਿੰਗ ਮਾਡਲ ਸੋ ਇਹਦੇ ਵਿੱਚ ਕੀ ਹੁੰਦਾ ਆ ਜਿਹੜਾ ਡੇਟਾ ਆ ਇੱਧਰ ਜਾਂਦਾ ਇੱਕ ਆਪਣੇ ਕੋਲ ਇੱਥੇ ਮੇਨ ਫਰੇਮ ਕੰਪਿਊਟਰ ਵੀ ਹੁੰਦਾ ਜਿਹਦੇ ਨਾਲ ਕਿ ਕੰਪਿਊਟਰ ਕਨੈਕਟਡ ਹੁੰਦੇ ਆ ਅਤੇ ਇੱਕ ਜਿਹੜੇ ਸਾਰੇ ਕੰਪਿਊਟਰ ਇੱਕ ਦੂਸਰੇ ਦੇ ਨਾਲ ਕਨੈਕਟਡ ਹੁੰਦੇ ਆ ਸੋ ਇਹ ਜਿਹੜੇ ਆ ਆਪਸ ਵਿੱਚ ਜਦੋਂ ਕਨੈਕਟਡ ਹੋ ਜਾਂਦੇ ਦੈਟ ਇਜ਼ ਕਾਲਡ ਹਾਈਬ੍ਰਿਡ ਕੰਪਿਊਟਿੰਗ ਸੋ ਇਹਦੇ ਵਿੱਚ ਕੀ ਆ ਇਹ ਜਿੰਨੇ ਵੀ ਕੰਪਿਊਟਰਸ ਆ ਇਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਕਰਦੇ ਆ ਕੋਈ ਵੀ ਅਗਰ ਇਸਨੂੰ ਕਿਸੇ ਵੀ ਚੀਜ਼ ਦੀ ਰਿਕੁਐਸਟ ਦੀ ਲੋੜ ਮਤਲਬ ਕੁਛ ਵੀ ਫਾਈਂਡ ਆਊਟ ਕਰਨਾ ਕੋਈ ਫਾਈਲ ਚਾਹੀਦੀ ਆ ਦੈਨ ਇਹ ਜਿਹੜਾ ਆ ਇਹਨਾਂ ਸਾਰੇ ਕੰਪਿਊਟਰਸ ਦੇ ਉੱਤੇ ਡਿਪੈਂਡ ਹੋਵੇਗਾ ਸੋ ਇਹਨਾਂ ਦੀ ਰਿਕੁਐਸਟ ਮਤਲਬ ਕਿ ਇਹਨਾਂ ਦੇ ਸਾਰਿਆਂ ਦੀ ਪਰਮਿਸ਼ਨ ਤੋਂ ਬਗੈਰ ਉਸ ਫਾਈਲ ਨੂੰ ਐਕਸੈਸ ਨਹੀਂ ਕਰ ਸਕਦਾ ਦੈਟ ਇਜ਼ ਕਾਲਡ ਹਾਈਬ੍ਰਿਡ ਕੰਪਿਊਟਿੰਗ ਸੋ ਇਹ ਸੀ ਅੱਜ ਦਾ ਆਪਣਾ ਟੌਪਿਕ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ ਸੋ ਚੈਨਲ ਨੂੰ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਨਾ ਬੈਲ ਬਟਨ ਦੇ ਆਈਕਨ 'ਤੇ ਜ਼ਰੂਰ ਕਲਿੱਕ ਕਰਨਾ ਥੈਂਕ ਯੂ ਸੋ ਮਚ